ਜਦ ਬਾਹਰ ਦੇ ਸਿਸਟਮ ਲੋਕ ਮਤਲਬ ਕਿ ਇਹ ਕੈਲਕੂਲੇਟਿੰਗ ਜਿਸੇ ਖੋਜਵਾ ਨੂੰ ਸਮਝਣ ਦਿੱਤਾ ਗਿਆ ਕੀ ਕਹਿਣਾ ਚਾਹੁੰਦਾ ਸਰ ਤੁਹਾਨੂੰ ਵੀ ਪਤਾ ਵੀ ਕਪੂਰਥਲੇ ਚ ਪਿਛਲੇ ਤਿੰਨੀਆਂ ਚਾਰ ਟਨ ਇਹ ਤੂੰ ਕਾਂਗਰਸ ਸਰਕਾਰ ਬੈਠੀ ਹੈ ਕਪੂਰਥਲੇ ਦਾ ਕੋਈ ਵੀ ਵਿਕਾਸ ਨਹੀਂ ਹੋਇਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਸ਼ਰਮਸਾਰ ਸਾਡੇ ਲਈ ਇਹ ਹੈ ਵੀ ਜਦੋਂ ਵੀ ਸਾਡਾ ਕੋਈ ਮਰੀਜ਼ ਜਾਂ ਬੰਦਾ ਬਿਮਾਰ ਹੁੰਦਾ ਤੇ ਹਮੇਸ਼ਾ ਇੱਕੋ ਕਹਾਣੀ ਸੁਣਨ ਨੂੰ ਮਿਲਦੀ ਹੈ ਵੀ ਉਹ ਮੰਡ ਤੱਕ ਪਹੁੰਚੇ ਸੀ ਤੇ ਉਹ ਰਹਿ ਗਿਆ ਵਾਪਸ ਨਹੀਂ ਆਇਆ ਉਹਦਾ ਵੱਡਾ ਕਾਰਨ ਹੈ ਵੀ ਸਾਡੇ ਕੋਲ ਮੈਡੀਕਲ ਕਾਲਜ ਅਜੇ ਤੱਕ ਨਹੀਂ ਆਇਆ ਔਰ ਜਿਹਦੀ ਕੀ ਗ੍ਰਾਂਟ ਔਰ ਉਹਦੀ ਅਲੋਕੇਸ਼ਨ ਪਾਸਿੰਗ ਸਭ ਕੁਝ ਹੋ ਚੁੱਕੇ ਨੂੰ 22 ਸਾਲ ਹੋ ਗਏ ਇਵਨ ਦੈਨ ਅੱਜ ਤੱਕ ਉਤੇ ਇੱਕ ਇੱਟ ਨਹੀਂ ਰੱਖੀ ਗਈ ਕਿਉਂ ਕਿ ਕਾਂਗਰਸ ਚਾਹਦੀ ਹੈ ਵੀ ਉਹ ਸੈਂਟਰ ਦੇ ਰਹੀ ਹੈ ਅਸੀਂ ਉਹ ਨਹੀਂ ਲੈਣਾ ਜਦ ਕਿ ਉਹ ਪਬਲਿਕ ਦੇ ਅਗੇਂਸਟ ਹੈ ਇਸੇ ਕਰਕੇ ਅੱਜ ਪਬਲਿਕ ਦਾ ਝੁਕਾਅ ਹੈ ਕਿ ਉਹ ਭਾਜਪਾ ਨੂੰ ਵੋਟ ਪਾਉਣ ਨੂੰ ਇਸੇ ਕਰਕੇ ਤਿਆਰ ਹੋਏ ਵੀ ਭਾਜਪਾ ਜੇ ਕੁਝ ਦੇਣਾ ਚਾਹਦੀ ਹੈ ਤੇ ਕਾਂਗਰਸ ਸਿਰਫ ਇਸ ਕਰਕੇ ਨਹੀਂ ਲੈਣਾ ਚਾਹੁੰਦੀ ਵੀ ਉਹ ਭਾਜਪਾ ਦੇ ਅੱਗੇ ਜਾ ਰਿਹਾ ਤੇ ਇਸ ਕਰਕੇ ਅੱਜ ਸਾਡੀ ਬਾਹਰ ਨੇ ਖੋਜੇਵਾਲ ਸਾਹਿਬ ਨੂੰ ਭਾਜਪਾ ਦੇ ਕੈਂਡੀਡੇਟ ਨੂੰ ਸਮਰਥਨ ਦਿੱਤਾ ਤਾਂ ਕਿ ਉਹ ਕਪੂਰਥੇ ਦਾ ਵੱਧ ਵੱਧ ਵਿਕਾਸ ਕਰਾ ਸਕਣ ਸੈਂਟਰ ਤੋਂ ਅੱਛੀਆਂ ਸਕੀਮਾਂ ਲਿਆ ਕੇ ਮਾਫੀਆ ਰਾਜ ਖਤਮ ਕਰਨਾ ਵਾ ਤੇ ਇੱਕ ਬਦਲਾਅ ਲਿਆਓ ਸਾਰੇ ਕਪੂਰਥੇ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਰਦਾਰ ਰਣਜੀਤ ਸਿੰਘ ਖੋਜੇਵਾਲ ਨੂੰ ਜਿਹੜੇ ਨੌਜਵਾਨ ਆ ਉਹਨਾਂ ਨੂੰ ਅੱਗੇ ਲਿਆਓ ਔਰ ਪੂਰੇ ਆਪਣੇ ਤਨ ਮਨ ਨਾਲ ਉਹਨਾਂ ਦੀ ਆਪਣੀ ਸਪੋਰਟ ਕਰੋ ਉਹਨਾਂ ਦੀ ਵੀਰ ਆ ਮੇਰੇ ਐਡਵੋਕੇਟ ਸਾਹਿਬ ਉਹਨਾਂ ਵੱਲੋਂ ਵੀ ਮੈਂ ਬੇਨਤੀ ਕਰਦਾ ਕਿ ਇਹ ਰਾਣੇ ਦੇ ਲੋਕਾਂ ਜਿੰਨੇ ਵੀ ਇਹਨਾਂ ਕੋਲ ਕਲਾਇੰਟ ਆਉਂਦੇ ਆ ਉਹ ਕਲਾਇੰਟਾਂ ਨੂੰ ਇਹੀ ਕਹਿਣ ਕਿ ਰਾਣੇ ਦੀ ਜੱਫੀ 'ਚ ਨਹੀਂ ਆਉਣਾ ਨਾ ਉਹਨਾਂ ਕੋਲੋਂ ਕੋਈ ਖਰਾਤ ਲੈਣੀ ਆ ਆਪਣੇ ਮਲਬੂਤੇ ਦੇ ਉੱਤੇ ਸਰਦਾਰ ਰਣਜੀਤ ਸਿੰਘ ਖੋਜੇਵਾਲ ਨੂੰ ਸਪੋਰਟ ਕੀਤਾ ਜਾਵੇ ਔਰ ਇਹਨਾਂ ਦੇ ਨਾਲ ਹੀ ਚੱਲ ਕੇ ਸਾਡੇ ਕਬੂਰ ਥਲੇ ਦਾ ਸੁਧਾਰ ਹੋ ਸਕਦਾ ਰਾਣੇ ਦੇ ਨਾਲ 15 ਸਾਲ ਹੋ ਗਏ ਉਹਨੇ ਪੈਰਸ ਬਣਾਉਣਾ ਸੀਗਾ ਉਹ ਆਪਾਂ ਦੇਖ ਲਿਆ ਕਿਦਾਂ ਦਾ ਪੈਰਸ ਬੜਿਆ ਸਾਰੇ ਸ਼ਹਿਰ ਦੇ ਵਿੱਚ ਕਹਿੰਦਾ ਮੈਂ ਲਾਈਟਾਂ ਸਰੀਆ ਸਾਡੀਆਂ ਲਾਈਟਾਂ ਤਾਰਾ ਜਿਹੜੀਆਂ ਬਾਹਰ ਮੈਂ ਅੰਦਰ ਕਰਾ ਲਊਗਾ ਥੱਲੇ ਅੰਡਰਗਰਾਉਂਡ ਉਹ ਲੇਕਿਨ ਤਾਰਾ ਜਾ ਕੇ ਦੇਖ ਲੋ ਜਾਲ ਬਣਿਆ ਪਿਆ ਆ ਇਹ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਦੇ ਨਾਲ ਆਪਣਾ ਪੰਜਾਬ ਦਾ ਔਰ ਆਪਣੇ ਦੇਸ਼ ਦਾ ਸੁਧਾਰ ਹੋ ਸਕਦਾ ਆ ਔਰ ਮੈਂ ਆਪਣੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਔਰ ਹੋਰ ਬੰਦੇ ਜਿਹੜੇ ਆ ਰਹੇ ਆ ਸਾਡੇ ਕਲਾਈਡ ਆ ਰਹੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਰਦਾਰ ਰঞ্জੀਤ ਸਿੰਘ ਖੋਜੇਵਾਲੀ ਦਾ ਪੂਰਾ ਸਮਰਥਨ ਕੀਤਾ ਜਾਵੇ ਕਿ ਕਪੂਰਥਲਾ ਬਦਲਾ ਹੋਣਾ ਚਾਹੀਦਾ ਔਰ ਜਿਹੜਾ ਰਾਣਾ ਜੀ ਦਾ ਇੰਨੀ ਸਾਲਾਂ ਤੋਂ ਇੱਥੇ ਰਾਜ ਚੱਲਿਆ ਆ ਰਿਹਾ ਉਹ ਖਤਮ ਹੋਣਾ ਚਾਹੀਦਾ ਤੁਹਾਡੀ ਜੱਫੀ ਚ ਨਾ ਆਇਓ ਕੋਈ ਜਿਵੇਂ ਕੀ ਗੱਲ ਕੀਤੀ ਜਾਵੇ ਜਿਹੜਾ ਕਿ ਅੱਜ ਬਾਹਰ ਐਸੋਸੀਏਸ਼ਨ ਵੱਲੋਂ ਜਿਹੜਾ ਕਿ ਭਾਜਪਾ ਕੈਂਡੀ ਤੁਹਾਨੂੰ ਇੱਕ ਸਮਰਥਨ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਸਾਂ ਮੈਂ ਸਾਰੀ ਹੀ ਕਪੂਰਥਲਾ ਵਾਸੀਆਂ ਦਾ ਬਾਹਰ ਕਾਉਂਸਲ ਕਪੂਰਥਲਾ ਦਾ ਇਹਦੇ ਪ੍ਰਧਾਨ ਸਹਿਬਾਨ ਦਾ ਅਹੁਦੇਦਾਰ ਸਹਿਬਾਨ ਦਾ ਸਾਡੇ ਬਜ਼ੁਰਗ ਸਾਡੇ ਖੜੇ ਨਾਲ ਸੀਨੀਅਰ ਵਕੀਲ ਖੜੇ ਆ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਇਹਨਾਂ ਨੇ ਆਪਣੇ ਬੱਚੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਮੈਂ ਜੋ ਇੱਥੇ ਕਪੂਰਥਲੇ ਦੇ ਵਿੱਚ ਕੈਂਡੀਡੇਟ ਬਣ ਕੇ ਆਂ ਭਾਰਤੀ ਜਨਤਾ ਪਾਰਟੀ ਦਾ ਇਸ ਤੋਂ ਪਹਿਲਾਂ 20 ਸਾਲ ਦਾ ਇੱਥੇ ਜੋ ਮਾਫੀਆ ਰਾਜ ਚੱਲਣ ਡਿਆ ਲੋਕ ਉਸ ਦਾ ਅੰਤ ਕਰਨਾ ਚਾਹੁੰਦੇ ਆ ਲੋਕ ਉਸ ਦਾ ਬਦਲਾਅ ਚਾਹੁੰਦੇ ਆ ਸੋ ਮੈਂ ਸਮਝਦਾ ਕਿ ਜਿਹੜੀ ਸੰਗਤ ਦਾ ਆਸ਼ੀਰਵਾਦ ਹੁੰਦਾ ਉਹ ਬਹੁਤ ਵੱਡਾ ਹੁੰਦਾ ਰਾਣਾ ਗੁਜਰੀ ਸਿੰਘ ਨੂੰ ਬਹੁਤ ਹੰਕਾਰ ਹੋ ਗਿਆ ਕਿ ਮੈਂ ਕਪੂਰਥਲਾ ਵਾਸੀਆਂ ਤੇ ਮੇਰੀ ਜੇਬ ਵਿੱਚ ਆ ਮੈਂ ਉਹਨਾਂ ਨੂੰ ਸ਼ਰਾਬ ਪਲਾ ਕੇ ਪੈਸੇ ਵੰਡ ਕੇ ਜਿੱਤ ਜਾਣਾ ਇਸੇ ਕਰਕੇ ਉਹ ਅੱਜ ਕੱਲ੍ਹ ਸੁਲਤਾਨਪੁਰ 'ਤੇ ਜ਼ਿਆਦਾ ਜ਼ੋਰ ਦੇ ਰਹੇ ਕਪੂਰਥਲਾ ਦੇ ਵਸਨੀਕਾਂ ਨੂੰ ਭੁੱਲ ਗਏ ਜਿਨ੍ਹਾਂ ਨੇ ਉਹਨਾਂ ਨੂੰ ਇੰਨੀ ਵਾਰ ਐਮਐਲਏ ਬਣਾਇਆ ਤੇ ਮੰਤਰੀ ਬਣਾਇਆ ਸੋ ਮੈਂ ਸਮਝਦਾ ਕਿ ਕਪੂਰਥਲਾ ਦੇ ਵਸਨੀਕ ਆ ਇਹ ਕਪੂਰਥਲਾ ਨੂੰ ਨਸ਼ਾ ਮੁਕਤ ਕਰਨ ਵਿੱਚ ਕਪੂਰਥਲਾ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਵਿੱਚ ਕਪੂਰਥਲੇ ਦੀ ਡਿਵੈਲਪਮੈਂਟ ਕਰਾਉਣ ਵਾਸਤੇ ਜੋ ਮੇਰੇ ਤੇ ਵਿਸ਼ਵਾਸ ਪ੍ਰਗਟ ਕਰ ਰਹੇ ਆ ਮੈਂ ਇਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਤੁਹਾਡਾ ਸੇਵਾਦਾਰ ਬਣ ਕੇ ਤੁਹਾਡਾ ਬੱਚਾ ਤੁਹਾਡੀ ਸੇਵਾ ਕਰੂੰਗਾ ਕੋਈ ਐਮਐਲਏ ਵਾਲੀ ਫੀਲਿੰਗ ਨਹੀਂ ਲੈ ਕੇ ਜਾਊਗਾ ਸਾਰਿਆਂ ਦਾ ਬਹੁਤ Subscribe to our YouTube channel News DNN by clicking the bell icon. Don't forget to like, comment and share.